ਲੋ ਜੀ ਪਹੁੰਚ ਗਿਆ ਆਪਾਂ ਏਅਰਪੋਰਟ ਅੱਜ ਗੱਗੂ ਦੇ ਮੰਮੀ ਡੈਡੀ ਅੱਜ ਪੁਲਸੀ ਵਾਹਿਗੁਰੂ ਗੱਗੂ ਦੇ ਮੰਮੀ ਡੈਡੀ ਨੇ ਆਉਣਾ ਸਾਨੂੰ ਉਹ ਬੀਰਾ ਲੈ ਕੇ ਆਇਆ ਕਿਉਂਕਿ ਮੈਂ ਸਟੈਂਡ 'ਚ ਤੁਹਾਨੂੰ ਪਤਾ ਔਖਾ ਹੋਣਾ ਸੀਗਾ ਲਿਆਉਣ ਦੇ ਵਿੱਚ ਪਾਰਕਿੰਗ ਲਾਤੀ ਹੁਣ ਬਸ ਆਪਾਂ ਦੇਖਦੇ ਹਾਂ ਬਾਕੀ ਇੱਕ ਹੋਰ ਉਹ ਸੀਗੀ ਉਹ ਤਾਂ ਆਇਆ ਨਹੀਂ ਗਿਆ ਅੱਜ ਆਪਾਂ ਤੋਂ ਹਾਂ ਉਹ ਤੁਹਾਨੂੰ ਛੇਤੀ ਸਰਪ੍ਰਾਈਜ਼ ਮਿਲੂਗਾ ਸਰਪ੍ਰਾਈਜ਼ ਦੇਵਾਂਗੇ ਚਾਹ ਪੀ ਲਓ ਘਰਦਿਆਂ ਦੀ ਵੇਟ ਹੋ ਰਹੀ ਆ ਘਰਦੇ ਹਲੇ ਆਏ ਨਹੀਂ ਪਹਿਲਾਂ ਆਹ ਬਾਈ ਨਾਲ ਬਹਿ ਗਿਆ ਮੈਂ ਉੱਧਰ ਬਹਿ ਗਿਆ ਉੱਧਰ ਦੀਨਾ ਜੀ ਨਾ ਥੰਮਲੇ ਕਰਕੇ ਇਹ ਉਰੇ ਬਹਿ ਗਿਆ ਕਹਿੰਦਾ ਮੈਂ ਦੇਖਦਾ ਘਰਦੇ ਨੂੰ ਮੈਂ ਤੈਨੂੰ ਘਰਦੇ ਪਤਾ ਖੇਚੇ ਨੇ ਕਹਿੰਦਾ ਨਹੀਂ ਹਾਂ ਬਾਈ ਆਹ ਚਿੱਲ ਕਰ ਰਿਹਾ ਅਸਲੀ ਸਤਿ ਸ਼੍ਰੀ ਅਕਾਲ ਮਾਸਟਰ ਜੀ ਓਏ ਆ ਗਿਆ ਸਤਿ ਸ਼੍ਰੀ ਅਕਾਲ ਮਾਸਟਰ ਜੀ ਕਿੱਥੇ ਬੈਠੇ ਹੋ ਤੁਸੀਂ ਐਂ ਗੱਗੂ ਮਾਸਟਰ ਨੇ ਸਿਰਾ ਲਾ ਰੱਖਿਆ ਸਿੱਧੂ ਮੂਸੇ ਵਾਲੇ ਵਾਂਗੂ ਬੈਗ ਪਾਏ ਹੋਇਆ ਹੀ ਨਹੀਂ ਹੈਗੀ ਗੱਲਬਾਤ ਲੋਈ ਘਰੇ ਪਹੁੰਚ ਗਏ ਮਾਸੀ ਮਾਸੜ ਕਰ ਰਹੇ ਨੇ ਰੈਸਟ ਆਪਾਂ ਬੋਲਿਆ ਹੋਇਆ ਹੱਲਾ ਯੈਸ ਯੈਸ ਸਟੂਡੈਂਟ ਲਾਈਫ ਸਾਰੇ ਕੱਪ ਅੱਡ ਤਰ੍ਹਾਂ ਦੇ ਮਾਸੜ ਜੀ ਨੂੰ ਤਾਂ ਨੀਂਦ ਆਈ ਪਈ ਆ ਰਵੀ ਕੀ ਕਹਿੰਦਾ ਸੀ ਤੂੰ ਕੁੜੀਆਂ ਬਾਰੇ ਕੀ ਕਹਿੰਦਾ ਪਹਿਲਾਂ ਤਾਂ ਲੋਕ ਕਹਿਣਗੇ ਕੁੜੀਆਂ ਬਾਰੇ ਕਿਉਂ ਕੁਛ ਕਹਿੰਦਾ ਅੱਜ ਕੱਲ੍ਹ ਮੁੱਦੇ ਬਹੁਤ ਭਗਦੇ ਆ ਮੈਂ ਤਾਂ ਕਹਿੰਦਾ ਕਿਸੇ ਦਾ ਮੈਨੂੰ ਮੈਸੇਜ ਆਇਆ ਸੀ ਕਹਿੰਦਾ ਵੀ ਕੁੜੀਆਂ ਦੇ ਕੰਨਾਂ ਦੇ ਵਿੱਚ ਛੇਕ ਤਿੰਨ ਤਿੰਨ ਚਾਰ ਚਾਰ ਹੁੰਦੇ ਨੇ ਵੀ ਸੁਣਦੀਆਂ ਪਰ ਇੱਕ ਨਾਲ ਵੀ ਨਹੀਂ ਹੈਗੀਆਂ ਟਰੱਕ ਤੇ ਕਿਉਂ ਨਹੀਂ ਗਿਆ ਅੱਜ ਫਿਰ ਕੀ ਹੋ ਗਿਆ ਟਰੱਕ ਤੇ ਜੀ ਟਰੱਕ ਤੇ ਜਾਣਾ ਸੀਗਾ ਕੰਪਨੀ 'ਚ ਜਾ ਕੇ ਮੁੜ ਕੇ ਆਇਆ ਮਤਲਬ ਕਿ ਅੰਦਰ ਜਾ ਕੇ ਕਿਉਂਕਿ ਜਦੋਂ ਉੱਥੇ ਪਹੁੰਚੇ ਅਤੇ ਜਿਹੜਾ ਮੇਰੇ ਨਾਲ ਤਾਂ ਸਿੰਘ ਆ ਕੋ ਡਰਾਈਵਰ ਉਹ ਕਹਿੰਦਾ ਮੈਂ ਇਹਨਾਂ ਨੂੰ ਕਹਿਤਾ ਸੀਗਾ ਵੀ ਅੱਜ ਸਾਡਾ ਲੋਡ ਕੈਂਸਲ ਕਰ ਦਿਓ ਵੀ ਮੈਂ ਲਾਈਸੈਂਸ ਰੀਨਿਊ ਕਰਾਉਣਾ ਸੀਗਾ ਅਤੇ ਉਹਨੇ ਮੈਨੂੰ ਉੱਥੇ ਜਾ ਕੇ ਦੱਸਿਆ ਨਹੀਂ ਹੈਗਾ ਮੈਂ ਅਤੇ ਮੈਂ ਅੰਦਰ ਗਿਆ ਉਹ ਵੀ ਲੋੜ ਲੱਭੀ ਗਿਆ ਜਿਹੜਾ ਡਿਸਪੈਚਰ ਸੀ ਉਹ ਮੇਰੀ ਗੱਲ ਨਾ ਸੁਣਿਆ ਨਾ ਮੈਂ ਉਹਨੂੰ ਕਹੀ ਜਾਵਾਂ ਵੀ ਭਾਈ ਸੁਣ ਲਾ ਮੇਰੀ ਗੱਲ ਉਹ ਕਹਿੰਦੇ ਨਹੀਂ ਮੈਂ ਤੁਹਾਡਾ ਹੁਣੇ ਲੱਭ ਦੇਣਾ ਹੁਣੇ ਲੱਭ ਦੇਣਾ ਸਭ 10 ਮਿੰਟ ਲੱਭੀ ਗਿਆ ਫਿਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਯਾਰ ਆਹ ਗੱਲ ਆ ਅਤੇ ਉਹ ਲੱਭ ਲੱਭ ਕੇ ਕਹਿੰਦਾ ਹੈ ਨਹੀਂ ਭਾਜੀ ਤੁਹਾਡਾ ਕਹਿੰਦਾ ਕੱਲ੍ਹ ਨੂੰ ਫੋਨ ਕਰਕੇ ਦੇਖ ਲਿਆ ਪੱਪੂ ਤੂਫਾਨੀ ਰਾਤ ਨੂੰ ਮੀਂਹ ਪੈਂਦੇ 'ਚ ਪੀਜ਼ਾ ਹੱਟ 'ਤੇ ਪੀਜ਼ਾ ਲੈਣ ਜਾਂਦਾ ਪੀਜ਼ੇ ਵਾਲਾ ਜਿਹੜਾ ਮੂਹਰੋਂ ਹੁੰਦਾ ਆਰਡਰ ਉਡਰ ਲੈ ਕੇ ਕਹਿੰਦਾ ਸਰ ਕਹਿੰਦਾ ਤੁਸੀਂ ਵਿਆਹ ਹੋਇਆ ਉਧਰ ਮੂਹਰੇ ਇੱਕ ਹੋਰ ਤੀਵੀਂ ਆਉਂਦੀ ਹੁੰਦੀ ਆ ਤੀਵੀਂ ਉਹਦੇ ਘਰ ਵਾਲੇ ਨੂੰ ਹਾਏ ਕਰ ਜਾਂਦੀ ਆ ਹਾਏ ਉਹਦੇ ਘਰ ਵਾਲੀ ਔਖਾ ਜਿਹਾ ਬੋਲਦੀ ਆ ਉੱਚੀ ਦੇਣੇ ਵੀ ਆਹ ਕੌਣ ਕਹਿੰਦਾ ਹੌਲੀ ਬੋਲ ਕਹਿੰਦਾ ਹਾਲੇ ਉਹਨੂੰ ਵੀ ਘਰੇ ਜਾ ਕੇ ਦੱਸਣਾ ਵੀ ਤੂੰ ਕੌਣ ਕਿੱਧਰੋਂ ਫੋਨ ਆਇਆ ਰਵੀ ਇੰਡੀਆ ਤੋਂ ਫੋਨ ਆਇਆ ਡੈਡੀ ਡੈਡੀ ਸਾਵੀ ਨਾਲ ਗੱਲ ਕਰ ਰਿਹਾ ਲਿਆਓ ਵੀ ਕੁਛ ਮਿੱਠਾ ਵੈਨੀਲਾ ਕੀ ਹੁੰਦਾ ਵੈਨੀਲਾ ਹੁੰਦਾ ਵੈਨੀਲਾ ਕੇਕ ਅਸੀਂ ਨਹੀਂ ਖਾਣਾ ਵੈਨੀਲਾ ਹਾਂ ਵਧੀਆ ਆ ਰਹੀ ਆ ਫੋਟੋ ਹੋਰ ਦੱਸੋ ਚੁੱਪ ਹੋ ਗਏ ਜੋੜੀਆਂ ਹੀ ਜੋੜੀਆਂ ਨੇ ਅੱਜ ਤਾਂ ਬਸ ਰਵੀ ਸਿੰਗਲ ਫਿਰ ਰਿਹਾ ਇਹ ਦੱਸਦਾ ਨਹੀਂ ਹੈਗਾ ਕਿੱਥੇ ਪਾਠ ਕਰਕੇ ਆਉਂਦਾ ਵਾਹਿਗੁਰੂ ਹੋਰ ਜੀ ਬੋਲ ਲਓ ਕੁਛ ਜਿਹੜਾ ਤੁਸੀਂ ਸਾਰਾ ਵਲੌਗ ਦੇਖਿਆ ਸੀਗਾ ਇਹ ਬਹੁਤ ਮਾੜੀ ਕੁਆਲਿਟੀ 'ਚ ਸੀਗਾ ਸਾਊਂਡ ਕੁਆਲਿਟੀ ਵਧੀਆ ਨਹੀਂ ਸੀ ਕਿਉਂਕਿ ਸਾਰਾ ਵਲੌਗ ਫੋਨ 'ਤੇ ਸ਼ੂਟ ਹੋਇਆ ਸੀਗਾ ਕੋਈ ਖਾਸ ਪਲੈਨ ਨਹੀਂ ਸੀ ਪਰ ਤੁਸੀਂ ਜਿੱਦਾਂ ਕਮੈਂਟ ਕਰਦੇ ਹੁੰਦੇ ਹੋ ਵੀ ਪਾ ਦਿਆ ਕਰੋ ਫਿਰ ਵੀ ਵਲੌਗ ਤਾਂ ਆਪਾਂ ਕੋਸ਼ਿਸ਼ ਕੀਤੀ ਗੱਗੂ ਦੇ ਪੇਰੈਂਟਸ ਆਏ ਨੇ ਆਪਣੇ ਘਰ ਰਹਿ ਰਹੇ ਨੇ ਇਸ ਕਰਕੇ ਆਪਾਂ ਵਲੌਗ ਬਣਾਤਾ ਅਤੇ ਤੁਹਾਡੇ ਲਈ ਹੁਣ ਇੱਕ ਸਰਪ੍ਰਾਈਜ਼ ਅੱਖਾਂ ਬੰਦ ਕਰੋ ਮੈਨੂੰ ਪਤਾ ਸੀ ਨਹੀਂ ਕਰਨੀਆਂ ਘੈਂਟ ਗੱਲ ਇਹ ਹੈ ਜੀ ਆਪਣੇ ਖੁਦ ਦੇ ਪੈ ਜਾਂਦੇ ਵਾ ਕਿਸੇ ਦੇ ਪੈ ਜਾਂਦਾ ਨਹੀਂ ਹੈਗਾ ਆਪਾਂ ਇਹਨੂੰ ਅਨਬੋਕਸ ਕਰਨ ਜਾ ਰਹੇ ਹਾਂ ਹੁਣੇ ਚੈਨਲ ਜਿਹੜਾ ਦੂਜਾ ਚੈਨਲ ਉਹਦਾ ਲਿੰਕ ਥੱਲੇ ਪਿਆ ਜੇ ਕਿਸੇ ਨੇ ਆਈਫੋਨ ਦੀ ਅਨਬੋਕਸਿੰਗ ਦੇਖਣੀ ਹੈ ਨਵਾਂ ਪ੍ਰੋ ਮੈਕਸ ਆ ਇਹ 3 ਕੈਮਰੇ ਵਾਲਾ ਤਾਂ ਜ਼ਰੂਰ ਥੱਲੇ ਲਿੰਕ 'ਤੇ ਜਾਓ ਵੀਡੀਓ ਦੇਖੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਚੈਨਲ ਦਾ ਨਾਮ ਇੱਕ ਵਾਰੀ ਹੋਰ ਬਦਲਤਾ ਹੁਣ ਤੁਹਾਨੂੰ ਥੱਲੇ ਜਾ ਕੇ ਪਤਾ ਲੱਗਣਾ ਵੀ ਕੀ ਚੈਨਲ ਡਿਸਕ੍ਰਿਪਸ਼ਨ 'ਚ ਵੀ ਪਿਆ ਹੋਊ ਪਹਿਲੇ ਕਮੈਂਟ ਵਿੱਚ ਪਿਆ ਹੋਊਗਾ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਾਰਿਆਂ ਨੂੰ ਲਵ ਯੂ ਆ ਟੇਕ ਕੇਅਰ ਬਾਏ